ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਬੜਾ ਅਹਿਮ ਨੁਕਤਾ ਡਿਸਕਸ ਕਰਨਾ ਕਿ ਕੀ ਇੱਕ ਚੁਣਿਆ ਹੋਇਆ ਚੀਫ ਮਿਨਿਸਟਰ ਪੰਜਾਬ ਵਰਗੀ ਅੱਛੀ ਸਟੇਟ ਦਾ ਉਹਨੂੰ ਆਪਾਂ ਜਿੰਨਾ ਮਰਜ਼ੀ ਅਧਿਕਾਰ ਦੇ ਦੇਣਗੇ ਜਿੱਥੇ ਮਰਜ਼ੀ ਚੜ ਕੇ ਪਬਲਿਕ ਪਲੈਟਫਾਰਮਸ 'ਤੇ ਜੋ ਤੇਰਾ ਦਿਲ ਕਰਦਾ ਝੂਠ ਹੀ ਝੂਠ ਬੋਲੀ ਚੱਲ ਕੋਈ ਛੂਟੀ ਕੋਈ ਥੋੜੀ-ਪੋਤੀ ਕੋਈ ਸੰਗ ਕੋਈ ਸ਼ਰਮ ਅਕਸਰ ਕੋਈ ਜਦੋਂ ਤੁਸੀਂ ਕੋਈ ਫੈਕਸ਼ਨ ਫਿਗਰਸ ਕੋਟ ਕਰਦੇ ਹੋ ਜਾਂ ਕੋ ਤੁਲਨਾ ਕਰਦੇ ਹੋ ਆਪਣੇ ਪੰਜਾਬ ਦੀ ਇੰਡਸਟਰੀ ਦੀ ਵਪਾਰ ਦੀ ਚਾਈਨਾ ਦੇ ਨਾਲ ਕਿ ਥੋੜਾ ਬਹੁਤਾ ਅੰਦਰ ਝਾਤ ਮਾਰ ਕੇ ਦੇਖਦੇ ਹਾਂ ਕਿ ਅਸੀਂ ਕੀ ਕਹਿ ਰਹੇ ਹਾਂ ਤੁਹਾਨੂੰ ਮੈਂ ਇਹਦੇ ਬਾਰੇ ਥੋੜੇ ਜੇ ਜੋ ਇਸ ਵਕਤ 인ਡੈਕਸ ਨੇ ਜੋ ਇੰਡਸਟਰੀਅਲ ਗ੍ਰੋਥ ਚਾਈਨਾ ਦੀ ਹੈ ਜਿਹੜੀ ਭਗਵੰਤਪານ ਕੰਪੇਅਰ ਕਰ ਰਿਹਾ ਪੰਜਾਬ ਦੇ ਨਾਲ ਔਰ ਜੋ ਸਾਡੇ ਪੰਜਾਬ ਦੇ ਇਸ ਵਕਤ ਹਾਲਾਤ ਨੇ ਇੰਡਸਟਰੀ ਦੇ ਔਰ ਵੈਸੇ ਵੀ ਜਿਹੜੇ ਹਾਲਾਤ ਨੇ ਆਰਥਿਕ ਤੌਰ ਤੇ ਥੋੜੇ ਜਿ ਮਿੰਟਾਂ ਵਿੱਚ ਮੈਂ ਚਾਨਣਾ ਪਾਉਣਾ ਵਾ ਮੇਰੇ ਨਾਲ ਥੋੜਾ ਬਣੇ ਰਹੋ ਮੈਂ ਬਿਲਕੁਲ ਬਕਾਇਦਾ ਤੌਰ ਤੇ ਰਿਸਰਚ ਕਰਨ ਤੋਂ ਬਾਅਦ ਤੁਹਾਡੇ ਕੋਲ ਗੱਲ ਕਰਾਂ ਪਹਿਲਾਂ ਆਪਾਂ ਇਹਦਾ ਬਿਆਨ ਸੁਣੀਏ ਜਿਹੜਾ ਇਸ ਨੇ ਬਿਆਨ ਦਿੱਤਾ ਕਿ ਅਸੀਂ ਹੁਣ ਸਾਡਾ ਕੰਪੀਟੀਸ਼ਨ ਚਾਈਨਾ ਦੇ ਨਾਲ ਲੋ ਜੀ ਹੁਣ ਤੁਸੀਂ ਇਹਦਾ ਬਿਆਨ ਸੁਣ ਲਿਆ ਕਿ ਆਪਣੇ ਇੰਡੀਆ ਦੇ ਵਿੱਚ ਤਾਂ ਪੰਜਾਬ ਦਾ ਕੋਈ ਮੁਕਾਬਲਾ ਹਾਲਾ ਕਿ ਅਸੀਂ ਸਾਰੇ ਪੰਜਾਬ ਦੇ ਸ਼ੁਭਚਿੰਤਕ ਆਂ ਅਸੀਂ ਚਾਹੁੰਦੇ ਕਿ ਪੰਜਾਬ ਨੰਬਰ 1 ਸਟੇਟ ਜਿਹਦਾ ਪਹਿਲਾ ਹੁੰਦੀ ਸੀ ਉਦਾਂ ਹੀ ਹੋਵੇ ਲੇਕਿਨ ਤੁਸੀਂ ਪਬਲਿਕ ਡੋਮੇਨ 'ਚ ਇਹ ਸ਼ਾਇਦ ਕੱਲ ਬਿਆਨ ਦਿੱਤਾ ਜਦੋਂ ਇੱਕ ਸਨਤਕਾਰਾਂ ਨਾਲ ਮਿਲਣੀ ਕਰ ਰਿਹਾ ਸੀ ਭਗਵਾਨਤਮਨ ਕੇਜਰੀਵਾਲ ਨਾਲ ਬੈਠਾ ਸੀਗਾ ਤੇ ਇਹ ਕਹਿ ਰਿਹਾ ਕਿ ਪੰਜਾਬ ਇੰਡੀਆ ਦੇ ਵਿੱਚ ਤਾਂ ਸਾਡਾ ਕੰਪੀਟੀਸ਼ਨ ਇੰਡਸਟਰੀ ਦਾ ਕੋਈ ਹੈ ਹੀ ਨਹੀਂਗਾ ਹੁਣ ਤਾਂ ਸਾਡਾ ਕੰਪੀਟੀਸ਼ਨ ਜਿਹੜਾ ਚਾਈਨਾ ਦੇ ਨਾਲ ਹੈ ਪਹਿਲਾਂ ਤਾਂ ਇੰਡੀਆ ਦੇ ਵਿੱਚ ਮੈਂ ਤੁਹਾਨੂੰ ਗੱਲ ਸੁਣਾ ਦਿੰਦਾ ਕਿ ਆ ਮੇਰੇ ਕੋਲ ਜਿਹੜੇ ਫਿਗਰਸ ਨੇ ਇੰਡੀਆ ਦੇ ਵਿੱਚ ਵੀ ਪੰਜਾਬ 8ਵੇਂ ਨੰਬਰ ਤੇ ਆ ਇੰਡਸਟਰੀ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਸ਼ਾਇਦ ਅਪ੍ਰੋਕਸੀਮੇਟਲੀ 13000 ਇੰਡਸਟਰੀਅਲ ਯੂਨਿਟਸ ਆ ਸਿਰਫ ਪੰਜਾਬ ਦੇ ਵਿੱਚ ਮਤਲਬ ਤਾਮਿਲਨਾਡੂ ਗੁਜਰਾਤ ਮਹਾਰਾਸ਼ਟਰਾ ਆਂਧਰਾ ਪ੍ਰਦੇਸ਼ ਉੱਤਰ ਪ੍ਰਦੇਸ਼ ਤੇਲੰਗਾਨਾ ਕਰਨਾਟਕਾ ਸਾਡੇ ਤੋਂ ਅੱਗੇ ਨੇ ਔਰ ਅਸੀਂ 8ਵੇਂ ਨੰਬਰ ਤੇ ਆ ਇੰਡੀਆ ਦੇ ਵਿੱਚ ਤੇ ਤੁਸੀਂ ਚਲੋ ਇਹ ਕਹਿ ਸਕਦੇ ਹੋ ਕਿ ਅਸੀਂ ਭਾਰਤ ਵਿੱਚ ਇੰਡੀਆ ਵਿੱਚ ਅਸੀਂ ਤਰੱਕੀ ਕਰਕੇ ਅਸੀਂ ਸਾਰਿਆਂ ਨੂੰ ਬੀਟ ਕਰਾਂਗੇ ਤੇ ਪੰਜਾਬ ਨੂੰ ਨੰਬਰ 1 ਤੇ ਇਹ ਤਾਂ ਗੱਲ ਕੋਈ ਸਮਝ ਆਉਂਦੀ ਸ਼ੋਭਦੀ ਸੀਗੀ ਪਰੰਤੂ ਇੰਡਸਟਰੀਅਲਿਸਟ ਬੈਠੇ ਨੇ ਜਿਹੜੇ ਆਪ ਇੰਡਸਟਰੀ ਔਰ ਵਪਾਰ ਬਾਰੇ ਜਾਣਦੇ ਨੇ ਉਹਨਾਂ ਦੇ ਸਾਹਮਣੇ ਤੁਸੀਂ ਕਹਦੇ ਕਿ ਅਸੀਂ ਤਾਂ ਚਾਈਨਾ ਨੂੰ ਬੀਟ ਕਰਾਂਗੇ ਹੁਣ ਚਾਈਨਾ ਦੇ ਬਾਰੇ ਮੈਂ ਤੁਹਾਨੂੰ ਥੋੜੇ ਪਹਿਲਾਂ ਤੁਸੀਂ ਫਿਗਰਸ ਦੇ ਪਹਿਲਾਂ ਮੈਂ ਤੁਹਾਨੂੰ ਕੋਟ ਕਰ ਦਿੰਦਾ ਜਿਹੜੀ ਇਸ ਵਕਤ ਚ ਜੀਡੀਪੀ ਹੈ ਚਾਈਨਾ ਦੀ ਅਤੇ ਵਿਸ਼ਵ ਦੇ ਟੌਪ ਮੁਲਕਾਂ ਦੀ ਸਟਾਰਟਿੰਗ ਫਰੋਮ ਯੂਐਸਏ ਚਾਈਨਾ ਜਪਾਨ ਜਰਮਨੀ ਪੰਜਵੇਂ ਨੰਬਰ ਤੇ ਇੰਡੀਆ ਆਉਂਦਾ ਜੀਡੀਪੀ ਦੇ ਵਿੱਚ ਔਰ ਚਾਈਨਾ ਦੀ ਜੀਡੀਪੀ ਕਿੰਨੀ ਹੈਗੀ ਆ ਲਗਭਗ 20000 ਬਿਲੀਅਨ ਯੂ ਐਸ ਡਾਲਰਸ 2000 ਯੂ ਐਸ ਬਿਲੀਅਨ ਡਾਲਰਸ ਇਹ ਸ਼ਾਇਦ ਜਬਾ ਟ੍ਰਿਲੀਅਨ ਜਿਗਣਾਗੇ ਤਾਂ ਪਤਾ ਨਹੀਂ ਕਿੰਨੀ ਬਣਦੀ ਮੇਰੇ ਤਾਂ ਗਿਣਤੀ ਤੋਂ ਬਾਹਰ ਹੈਗੀ ਆ ਇਦੇ ਮੁਕਾਬਲੇ ਤੇ ਇੰਡੀਆ ਦੀ ਵੀ ਜਿਹੜੀ ਇਕਨੋਮੀ ਹੈਗੀ ਐ ਇਸ ਵਕਤ ਜੀਡੀਪੀ ਆਪਾਂ ਨੂੰ ਜੀਡੀਪੀ ਇੱਕ ਪੈਰਾਮੀਟਰ ਆ ਜਦੋਂ ਆਪਾਂ ਇਕਨੋਮੀ ਡਿਸਕਸ ਕਰਦੇ ਆ ਤਾਂ ਇੰਡੀਆ ਦੀ ਚਾਈਨਾ ਦੇ ਮੁਕਾਬਲੇ ਤੇ ਅੱਜ 3740 ਹਜ਼ਾਰ ਬਿਲੀਅਨ ਯੂ ਐਸ ਡਾਲਰਸ ਹੈਗੀ ਐ ਪਰ ਭਗਵਾਨਪਾਨ ਜੀ ਅੰਦਰ ਸਾਡਾ ਕੰਪੀਟੀਸ਼ਨ ਚਾਈਨਾ ਦੇ ਨਾਲ ਆ ਤੇ ਪੰਜਾਬ ਦੀ ਇਸ ਵਕਤ ਆ ਤੁਸੀਂ ਸਨੈਪਸ਼ਾਟ ਦੇਖ ਸਕਦੇ ਆ ਮੈਂ ਏ ਮੈਂ ਕੋਈ ਖਾਸ ਗੱਲ ਨਹੀਂ ਕੀਤੀ ਇਹ Google ਤੋਂ ਸਿਰਫ ਰਿਸਰਚ ਕੀਤਾ ਤੇ ਸਾਰੇ ਤੱਥ ਜਿਹੜੇ ਉਹ ਸਾਹਮਣੇ ਆ ਜਾਂਦੇ ਨੇ ਤੇ ਪੰਜਾਬ ਦੀ ਜਿਹੜੀ ਜੀਐਸਡੀਪੀ ਹੈਗੀ ਆ ਇਸ ਵਕਤ ਦੇ ਲੇਟੈਸਟ ਕੋਟ ਕਰ ਰਿਹਾ ਆ ਪੰਜਾਬ ਦੀ ਜਿਹੜੀ ਜੀ ਜੇ ਆਪਾਂ ਇਹਨੂੰ ਰੁਪਈਆਂ 'ਚ ਦੇਖਾਂਗੇ ਤਾਂ ਇਹ 6 ਲੱਖ 98 ਅ ਹਜ਼ਾਰ ਕਰੋੜ ਰੁਪਏ ਦੀ ਇਕਨੋਮੀ ਆ ਜੀਐਸਡੀਪੀ ਜਿਹੜੀ ਜੀਡੀਪੀ ਹੈਗਾ 6 ਲੱਖ 98 6 0.98 ਲੱਖ ਕਰੋੜ ਜੇ ਆਪਾਂ ਇਹਨੂੰ ਡਾਲਰਸ ਵਿੱਚ ਕਨਵਰਟ ਕਰਾਂਗੇ ਤਾਂ ਇਹ ਤਕਰੀਬਨ ਤਕਰੀਬਨ 70 ਬਿਲੀਅਨ ਡਾਲਰਸ ਬਣਦੀ ਚਾਈਨਾ ਦੀ ਹੈਗੀ ਆ 20000 ਬਿਲੀਅਨ ਡਾਲਰਸ ਤੇ ਪੰਜਾਬ ਦੀ ਹੈਗੀ ਆ ਸਿਰਫ 70 ਬਿਲੀਅਨ ਡਾਲਰਸ ਮੈਥਮੈਟਿਕਲੀ ਗਲਤ ਹੋ ਸਕਦਾ ਆ ਸਮਥਿੰਗ ਲਾਈਕ 250 ਗੁਣਾ 250 ਗੁਣਾ ਪੰਜਾਬ ਚਾਈਨਾ ਦੀ ਜੀਡੀਪੀ ਜਿਹੜੀ ਆ ਉਹ ਪੰਜਾਬ ਨਾਲੋਂ ਜ਼ਿਆਦਾ ਫਿਰ ਵੀ ਕਹੀ ਜਾਂਦਾ ਕਿ ਅਸੀਂ ਪੰਜਾਬ ਜਿਹੜਾ ਹੈ ਉਹ ਚਾਈਨਾ ਦੇ ਨਾਲ ਕਰੇਗਾ ਕੰਪੀਟ ਅਗਲਾ ਤੌਰ ਉਮੇ ਦਿਖਾਉਣਾ ਚਾਹਣਾ ਵਾਂ ਕਿ ਚਾਈਨਾ ਦੇ ਵਿੱਚ ਫੈਕਟਰੀਜ਼ ਕਿੰਨੀਆਂ ਇੰਡਸਟਰੀਅਲ ਯੂਨਿਟਸ ਕਿੰਨੀਆਂ ਨੇ ਚਾਈਨਾ ਵਿੱਚ ਇੰਡਸਟਰੀਅਲ ਯੂਨਿਟਸ ਮੇਰੇ ਵੀਰੋ ਦੇਖ ਸਕਦੇ ਤੁਸੀਂ 2.8 ਮਿਲੀਅਨ ਇੰਡਸਟਰੀਅਲ ਯੂਨਿਟਸ ਇਨ ਚਾਈਨਾ 28 ਲੱਖ ਫੈਕਟਰੀਜ਼ 28 ਲੱਖ ਤੇ ਪੰਜਾਬ ਦੇ ਵਿੱਚ ਕਿੰਨੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਆ ਮੇਰਾ ਪੰਜਾਬ ਹਾਈਲਾਈਟ ਕੀਤਾ ਹੋਇਆ 13000 ইউনিটস 13000 ਇਹ गावा चाइना ਦੀ ਜਿਹੜੀ ਇੰਡਸਟਰੀਅਲ ਗਰੋਥ ਹੈਗੀ ਯੂਨਿਟਸ ਹੈਗੇ ਉਹਨਾਂ ਦੇ ਫੈਕਟਰੀਜ਼ ਆ ਜਿਹੜੀਆਂ ਰੈਕਗਨਾਈਜ਼ਡ ਇੰਡਸਟਰੀਅਲ ਯੂਨਿਟਸ ਆ ਉਹ ਸਾਡੇ ਤੋਂ 200 ਗੁਣਾ ਜ਼ਿਆਦਾ ਆ ਪੰਜਾਬ ਨਾਲੋਂ ਇੰਡੀਆ ਨਾਲੋਂ ਵੀ ਬਹੁਤ ਗੁਣਾ ਜ਼ਿਆਦਾ ਆ ਪਰ ਪੰਜਾਬ ਨਾਲੋਂ ਤਾਂ ਬੇਤਹਾਸ਼ਾ ਜ਼ਿਆਦਾ ਆ ਤੇ ਫਿਰ ਆਪਾਂ ਕਹੀ ਜਾਂਦੇ ਜੀ ਕਿ ਹੁਣ ਸਾਡਾ ਤਾਂ ਇੰਡੀਆ ਦੇ ਨਾਲ ਤਾਂ ਕੋਈ ਹੈ ਹੀ ਨਹੀਂਗਾ ਕੰਪੀਟੀਸ਼ਨ ਕਿਸੇ ਸਟੇਟ ਨਾਲ ਨਹੀਂਗਾ ਹਾਲਾਂਕਿ ਸਾਡੇ ਨਾਲੋਂ 7 ਸਟੇਟਾਂ ਤੇਲੰਗਾਨਾ ਵਰਗੀਆਂ ਵੀ ਸਟੇਟਾਂ ਸਾਡੇ ਤੋਂ ਉੱਪਰ ਨੇ ਪਰ ਸਾਡਾ ਮੁੱਖ ਮੰਤਰੀ ਕੇਜਰੀਵਾਲ ਦੀ ਹਾਜ਼ਰੀ 'ਚ ਸਾਹਮਣੇ ਬਿਠਾ ਕੇ ਵਪਾਰੀ ਮਿਲਣਾ ਦਾ ਵਪਾਰੀ ਵੀ ਹੱਸਦੇ ਹੋਣੇ ਕਿਾ ਕਿੱਦਾਂ ਦਾ ਮੂਰਖ ਮੁੱਖ ਮੰਤਰੀ ਅਸੀਂ ਚੁਣ ਲਿਆ ਵਾ ਕਿ ਇਹ ਸਾਨੂੰ ਸਾਨੂੰ ਸਾਹਮਣੇ ਬਿਠਾ ਕੇ ਵਪਾਰੀਆਂ ਨੂੰ ਝੂਠ ਬੋਲਣਾ ਚਲੋ ਇੱਕ ਤਾਂ ਹੁੰਦਾ ਨਾ ਪਿੰਡੂ ਕ라우ਡ ਨੂੰ ਸੰਗਰੂਰ ਦੇ ਸੱਥਾਂ ਵਿੱਚ ਜਾ ਕੇ ਮੈਨੂੰ ਲੱਗਦਾ ਇਹਨੂੰ ਆਦਤ ਪੈ ਗਈ ਆ ਕਿ ਜਿੱਦਾਂ ਮੈਂ ਲੋਕਾਂ ਨੂੰ ਝੂਠ ਬੋਲ-ਬੋਲ ਕੇ ਸੰਗਰੂਰ ਦੋ-ਤਿੰਨ ਵਾਰੀ ਜਿੱਤ ਗਿਆ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅੱਜ ਚੁਟਕਲੇ ਸੁਣਾ-ਸੁਣਾ ਕੇ ਪੰਜਾਬ ਦੇ ਲੋਕਾਂ ਨੂੰ ਮੈਂ ਮੁੱਖ ਮੰਤਰੀ ਦੀ ਕੁਰਸੀ ਤੇ ਪਹੁੰਚ ਗਿਆ ਤੇ ਹੁਣ ਝੂਠੋ ਝੂ ਜੋ ਇਹਨਾਂ ਨੇ ਸਕੂਲ ਆਫ ਫੈਮਿਨੈਂਸ ਵਿੱਚ ਬੋਲਿਆ ਉਹ ਛੱਡ ਦिए ਸਾਰੀਆਂ ਗੱਲਾਂ ਜੋ ਅੰਮ੍ਰਿਤਸਰ ਵਿੱਚ ਝੂਠ ਬੋਲਿਆ ਉਹ ਛੱਡ ਦਿਓ ਸਾਰੀਆਂ ਗੱਲਾਂ ਲੇਕਿਨ ਤੁਸੀਂ ਥੋੜਾ ਬਹੁਤਾ ਕੋਈ ਕੀ ਕਹਿੰਦੇ ਐ ਕਿ ਡੀਸੈਂਸੀ ਚਾਹੀਦੀ ਪੋਲਿਟੀਕਲ ਬੰਦੇ ਨੂੰ ਕਿ মিডিਆ ਸਾਰਾ ਬੈਠਾ ਪੰਜਾਬ ਦਾ ਚੰਡੀਗੜ੍ਹ ਦਾ ਜਿਹੜਾ ਜਿਹੜਾ ਬੋਲਦਾ ਹੀ ਨਹੀਂ ਪੁੱਛਦਾ ਹੀ ਨਹੀਂਗਾ ਸਾਰਾ ਬਿਕਾਊ মিডিਆ ਜਿਹੜਾ ਇਹ ਲੈ ਕੇ ਆਉਂਦੇ ਨੇ ਨਾਲ ਲੈ ਕੇ ਆਉਂਦੇ ਜਲੰਧਰ ਦਾ মিডিਆ ਨਹੀਂ ਰੱਖਿਆ ਉਸ ਦਿਨ ਸਨਤ ਕਰਾ ਨਾਲ ਮਿਲਣੀ ਜਲੰਧਰ ਕੀਤੀ ਮੈਨੂੰ ਜਲੰਧਰ ਦੇ মিডিਆ ਨੇ ਦੱਸਿਆ ਕਿ ਸਾਨੂੰ ਸਾਧਦੇ ਹੀ ਨਹੀਂਗੇ ਚੰਡੀਗੜੋਂ ਬੱਸਾਂ ਭਰ ਕੇ ਲੈ ਕੇ ਆਉਂਦੇ ਨੇ ਉਹਦੇ ਕੋ ਜੋ ਦਿਲ ਕਰਦਾ ਉਹ ਘੁਆਈ ਜਾਂਦੇ ਨੇ ਵੀ ਐਡਾ ਵੱਡਾ ਝੂਠ ਔਰ ਦੂਸਰਾ ਝੂਠ ਜਿਹੜਾ ਕੇਜਰੀਵਾਲ ਨੇ ਇਹਦੇ ਆਕਾ ਨੇ ਬੋਲਿਆ ਉਹ ਪੰਜਾਬ ਦੀ ਇਕਨੋਮੀ ਬਾਰੇ ਮੈਂ ਤੁਹਾਨੂੰ ਕਹਿਣਾ ਚਾਹਣਾ ਕਿ ਕੀ ਪੋਜੀਸ਼ਨ ਹੈ ਇਸ ਵਕਤ ਉਹ ਕੀ ਕਹਿੰਦਾ ਹੁਣ ਕੇਜਰੀਵਾਲ ਆਪਾਂ ਕਹਿੰਦੇ ਜੀ ਬੜਾ ਸਿਆਣਾ ਸੋਲ ਇਹ ਤਾਂ ਹੁਣ ਹੋ ਗਿਆ ਜੀ ਕੇਜਰੀਵਾਲ ਦਾ ਝੂਠ ਤੇ ਆਰਬੀਆਈ ਕੀ ਕਹਿੰਦਾ ਆ ਵੀ ਫਿਗਰਸ ਹੈ ਮੇਰੇ ਕੋਲ ਰਿਜ਼ਰਵ ਬੈਂਕ ਆਫ ਇੰਡੀਆ ਜੇ ਮੈਂ ਤੁਹਾਨੂੰ ਇਹਨੂੰ ਥੋੜਾ ਪੜ੍ਹ ਕੇ ਸੁਣਾ ਦਿਆਂ ਮੋٹے ਤੌਰ ਤੇ ਅੰਗਰੇਜ਼ੀ ਚ ਇਹ ਕਹਿੰਦਾ ਵਾ ਅਕੋਰਡਿੰਗ ਟੂ ਇਹ ਆਰਬੀਆਈ ਰਿਪੋਰਟ ਆਰਬੀਆਈ ਰਿਪੋਰਟ ਪੰਜਾਬ ਇਜ਼ ਅਮੰਗਸਟ ਦ ਫਿਊ ਸਟੇਟਸ ਇਨ ਇਨ ਦ ਕੰਟਰੀ ਵਿਚ ਆਰ ਅੰਡਰ ਅ ਹਾਈ ਪਬਲਿਕ ਡੈਟ ਪੰਜਾਬਜ਼ ਆਊਟਸਟੈਂਡਿੰਗ ਡੈਟ ਇਜ਼ ਮੋਰ ਦਨ 50 ਪਰਸੈਂਟ ਆਫ ਇਟਸ ਗ੍ਰੋਸ ਡੋਮੈਸਟਿਕ ਪ੍ਰੋਡਕਟ ਜਿਹੜਾ ਮੈਂ ਜੀਡੀਪੀ ਹੁਣੇ ਕੋਟ ਕੀਤੀ ਹੈ 50% ਉਹਦੇ ਤੇ ਪੰਜਾਬ ਦੇ ਸਿਰ ਦੇ ਉੱਤੇ ਕਰਜ਼ਾ ਵਾ ਐਂਡ ਮੋਰ ਅ ਮੋਰ ਦੈਨ 4 ਟਾਈਮਸ ਇਟਸ ਰੈਵਨਿਊ ਫਾਰ ਦਾ ਫਾਈਨੈਂਸ਼ੀਅਲ ਇਅਰ ਆਫ 2022 ਆਰਬੀਆਈ ਕਹ ਰਿਹਾ ਜਿੰਨੀ ਆਮਦਨ ਆ ਪੰਜਾਬ ਨੂੰ ਉਹਦੇ ਨਾਲ 4 ਗੁਣਾ ਜ਼ਿਆਦਾ ਕਰਜ਼ਾ ਪੰਜਾਬ ਦੇ ਸਿਰ ਦੇ ਉੱਤੇ ਚੜਿਆ ਹੋਇਆ ਵਾ ਇੱਥੇ ਹੀ ਬਸ ਨਹੀਂ ਦੀ ਅਮਾਉਂਟ ਆਫ ਡੈਟ ਸਰਵਿਸਿੰਗ ਪਾਪ ਪੇਮੈਂਟ ਆਫ ਪ੍ਰਿੰਸੀਪਲ ਐਂਡ ਇੰਟਰਸਟ ਹੈ ਆਪਾਂ ਕਰਜ਼ੇ ਦੀ ਅਦਾਇਗੀ ਕਰਨੀ ਆ ਪ੍ਰਿੰਸੀਪਲ ਦੇਣਾ ਮੂਲ ਦੇਣਾ ਅਤੇ ਵਿਆਜ ਦੇਣਾ ਵਾ ਕੰਜ਼ਿਊਮਡ 99.44% ਆਫ ਇਟਸ ਗ੍ਰੋਸ ਬੋਰੋਇੰਗਸ ਆਫ 32258 ਕਰੋੜ ਮਤਲਬ ਕਿ ਸਾਰਾ ਜਿਹੜਾ ਸਾਡਾ ਪੈਸਾ ਆ ਰਿਹਾ ਹੈਗਾ ਵਾ ਜਿੰਨਾ ਆਮਦਨ ਰੈਵਨਿਊ ਰਸੀਡ ਸਾਰੀਆਂ ਸਟੇਟ ਨੂੰ ਉਹ ਸਾਰਾ ਡੈਟ ਸਰਵਿਸਿੰਗ ਵਿੱਚ ਜਾ ਰਿਹਾ ਔਰ ਕਰਜ਼ਾ ਕਿੰਨਾ ਸਾਡਾ ਇਸ ਵਕਤ ਪੰਜਾਬ ਦਾ ਤੁਸੀਂ ਸਾਰੇ ਸਾਦੇ ਜੇ ਸ਼ਬਦਾਂ ਜਾਣਦੇ ਕਿ 3 ਲੱਖ ਕਰੋੜ ਤੋਂ ਜ਼ਿਆਦਾ ਕਰਜ਼ਾ ਪੰਜਾਬ ਦਾ ਮਗਰਲੀਆਂ ਸਰਕਾਰਾਂ ਨੇ ਬਹੁਤ ਮਾੜਾ ਕੀਤਾ 노 ਡਾਊਟ 1985 ਸਾਡਾ ਰੈਵਨਿਊ ਸਰਪਲਸ ਸਟੇਟ ਸੀ ਪੰਜਾਬ 0% ਡੈਟ ਸੀਗਾ 37 38 39 ਸਾਲ ਵਿੱਚ ਜਿਹੜੀਆਂ ਵੀ ਸਰਕਾਰਾਂ ਬਣੀਆਂ ਉਹ ਜ਼ਿੰਮੇਵਾਰ ਨੇ ਇਹਦੇ ਕੋਈ ਸ਼ੱਕ ਨਹੀਂਗਾ ਪਰ ਆਪਾਂ ਘੱਟੋ ਘੱਟ ਤਸਵੀਰ ਤਾਂ ਠੀਕ ਦਸੀ ਆ ਆਪਣੀ ਲੋਕਾਂ ਨੂੰ ਔਰ ਇਹਨਾਂ ਨੇ ਮੈਂ ਤਾਂ ਬੈਠਦਾ ਵਿਧਾਨ ਸਭਾ ਦੇ ਵਿੱਚ ਤੁਹਾਨੂੰ ਮੈਂ ਦੱਸ ਰਿਹਾ ਵਾਂ ਕਿ ਪਿਛਲੇ ਬਰੇ ਵਿੱਚ ਇਕੱਲੇ ਇੱਕ ਸਾਲ ਵਿੱਚ 40000 ਕਰੋੜ ਰੁਪਇਆ ਨਵਾਂ ਕਰਜ਼ਾ ਚੱਕਿਆ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਨੇ 40000 ਕਰੋੜ ਰੁਪਇਆ ਹੁਣ ਹੁਣ ਸਾਡਾ ਜਿਹੜਾ ਕਰਜ਼ਾ ਉਹ 3 ਲੱਖ ਕਰੋੜ ਤੋਂ ਵੀ ਟੱਪ ਚੁੱਕਾ ਵਾ ਔਰ ਆਪਾਂ ਰੋਜ਼ ਦੇਖਦੇ ਹਾਂ ਕਿ ਮਤਲਬ ਲੋਕ ਧਰਨਿਆਂ ਤੇ ਬੈਠੇ ਨੇ ਨੌਕਰੀਆਂ ਮੰਗ ਰਹੇ ਨੇ ਉਹਨਾਂ ਦੇ ਛਿੱਤਰ ਪੈ ਰਹੇ ਨੇ ਡੰਡੇ ਪੈ ਰਹੇ ਨੇ ਕਿਉਂਕਿ ਸਟੇਟ ਦੇ ਕੋਲ ਪੈਸਾ ਹੈ ਨਹੀਂਗਾ تنખા دے نال واسطے پیسہ نہیں آنگن واڑیاں علیاں نے ਧਰਨਾ ਮਾਰਿਆ ਸੀ 11 ਮਹੀਨੇ ਦੀ ਉਹਨਾਂ ਦਾ تنਖਾਹ ਨਹੀਂ ਸੀਗਾ ਪਰ ਲਾਲਾ ਜੀ ਕਹੀ ਜਾਂਦੇ ਨੇ ਇੱਕ ਵਾਰ ਫਿਰ ਸੁਣੋ ਮੈਨੂੰ ਬੜਾ ਦੁੱਖ ਹੁੰਦਾ ਕਿ ਐਡਾ ਝੂਠ ਬੋਲਦੇ ਯਾਰ ਬੰਦੇ ਹੱਦ ਹੀ ਹੋ ਗਈ ਮਤਲਬ ਭਗਵੰਤ ਤਾਂ ਚਲੋ ਮੰਨਿਆ ਹੋਇਆ ਕਮੇਡੀਅਨ ਝੂਠਾ ਆ ਬੰਦਾ ਕੀ ਕਹਿ ਰਿਹਾ ਇੱਕ ਵਾਰ ਫਿਰ ਸੁਣੋ ਜੀ 1500 ਕਰੋੜ ਰੁਪਏ 200 ਕਰੋੜ ਰੁਪਏ ਸਕੂਲ ਆਫ ਐਕਸੀਲੈਂਸ 358 ਕਰੋੜ ਰੁਪਏ ਬਾਉਂਡਰੀ 358 ਬਾਉਂਡਰੀ ਬਾਲ ਤੇ ਹੋ ਸਕਦਾ ਵਾ 60 ਕਰੋੜ ਕੰਧ ਤੇ ਦੁਬਾਰਾ ਸੁਣਾਇਆ ਤੁਹਾਨੂੰ ਸਿਰਫ ਬਿਕੋਜ਼ ਵੀ ਆਈ ਵਾਂਟ ਯੂ ਟੂ ਰਜਿਸਟਰ ਕਿ ਕਿਦਾਂ ਝੂਠ ਬੋਲ ਰਹੇ ਨੇ ਆਪ ਸਾਹਮਣੇ ਖੜ ਕੇ ਅੱਛਾ ਐਂ ਕਰੋ ਜੇ ਭਗਵੰਤ ਤੇ ਕੇਜਰੀਵਾਲ ਤੁਹਾੜ ਕੋ ਇੰਨੇ ਹੀ ਪੈਸੇ ਨੇ ਮਤਲਬ ਕਿ ਪੈਸੇ ਹੀ ਪੈਸੇ ਨੇ ਕਾਟਾ ਹੀ ਕੋਈ ਨਹੀਂਗਾ ਕਰਜ਼ਾ ਹੀ ਕੋਈ ਨਹੀਂਗਾ ਪਿਛਲੀਆਂ 3 ਫਸਲਾਂ ਦੇ ਤੁਸੀਂ ਪੈਸੇ ਕੋਨੇ ਦਿੱਤੇ ਜਿਹੜਾ ਸਾਡਾ ਨੁਕਸਾਨ ਹੋਇਆ ਪਹਿਲਾ ਨੁਕਸਾਨ ਹੋਇਆ ਗੁਲਾਬੀ ਸੁੰਡੀ ਦੇ ਨਾਲ ਮਾਲਵੇ ਦੀ ਧਰਤੀ ਦੇ ਉੱਤੇ ਉਹਦਾ ਨਰਮੇ ਦੀ ਫਸਲ ਦਾ ਅੱਜ ਤੱਕ ਉਹਦੀ 1 ਰੁਪਇਆ ਕੰਪਨਸੇਸ਼ਨ ਨਹੀਂ ਦਿੱਤੀ ਭਗਵੰਤ ਮਾਨ ਹੈ ਇਸ ਬਾਰੇ ਵਿੱਚ ਕਣਕ ਬੇਤਹਾਸ਼ਾ ਗੜੇ ਤੇ بارش ਪਈ ਔਰ ਇਹ ਕਹਿੰਦਾ ਸੀ ਵਿਸਾਖੀ ਤੋਂ ਪਹਿਲਾਂ ਹੀ ਤੁਹਾਡੇ ਪੈਸੇ ਮੈਂ ਅਕਾਊਂਟਾਂ 'ਚ ਪਾ ਦੇਣੇ ਆ ਅੱਜ ਤੱਕ 1 ਰੁਪਿਆ ਆ ਜਿਹੜੀ ਕਣਕ ਨੰਗੀ ਆ 2023 ਦੀ ਇਹਦਾ ਕੋਈ ਪੈਸਾ ਨਹੀਂ ਪਿਆ ਤੇ ਹੁਣ ਜਿਹੜੇ ਹੜ੍ਹ ਆਏ ਨੇ ਜਿਹੜਾ ਕਿ ਕਲੌਸ ਲੌਸ ਆ ਜਿਹਦਾ ਲੌਸ ਹੈਗਾ ਕਟੋ-ਕਟ ਮੇਰੇ ਹਿਸਾਬ ਨਾਲ ਜੇ ਮੈਂ ਕਹੂੰਗਾ ਤਾਂ ਫਿਰ ਤੁਸੀਂ ਮੰਨਣਾ ਨਹੀਂਗਾ ਇਹ ਪੰਜਾਬ ਦਾ ਜੇ 10 ਲੱਖ ਏਕੜ ਜ਼ਮੀਨ ਦੀ ਫਸਲ ਖਰਾਬ ਹੋਈ ਝੋਨਾ ਸਮੇਤ ਹੋਰ ਫਸਲਾਂ ਗੰਨਾ ਆਦਿ ਦੇ 50000 ਰੁਪਏ ਕਿੱਲੇ ਦਾ ਲਾਓ ਇਹ 50000 ਕਰੋੜ ਰੁਪਏ ਦਾ ਨੁਕਸਾਨ ਹੈ ਮੇਰੀ ਹੋਸਾਦਾ ਮੇਰੀ ਮੈਥਮੈਟਿਕਸ ਫੇਰ ਗਲਤ ਹੋਵੇ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੈ ਲੇਕਿਨ ਇਹ ਕਹਿੰਜੰਦੇ ਕੋਈ ਗੱਲ ਨਹੀਂ ਜੀ ਸਾਡੇ ਕੋਲ ਤਾਂ ਪੈਸਾ ਬਹੁਤ ਹੈ ਅਸੀਂ ਤਾਂ ਮੁਰਗੀ ਦਾ ਦਿਆਂਗੇ ਅਸੀਂ ਬੱਕਰੀ ਦਾ ਹਰਜਾਨਾ ਦਿਆਂਗੇ ਅਸੀਂ ਤਾਂ ਭੇਡਾਂ ਦਾ ਹਰਜਾਨਾ ਦਿਆਂਗੇ ਲੇਕਿਨ ਅੱਜ ਤੱਕ 1 ਰੁਪਿਆ ਕਿਸੇ ਨੂੰ ਚੱਜਦਾ ਨਹੀਂ ਮਿਲਿਆ ਔਰ ਕਿੰਨਾ ਦੇ ਰਹੇ ਨੇ ਕੰਪੰਸੇਸ਼ਨ ਇਸ ਫਸਲ ਦੀ ਖੜਾ ਦੀ ਸਿਰਫ 6800 ਰੁਪਿਆ ਕਿੱਲੇ ਦਾ ਪਠਾੜ 100 ਰੁਪਏ ਦਿੱਤਾ ਸਾਡੇ ਜਿਹੜਾ ਪੈ ਜਾਂਦੇ ਨੇ ਕੀੜੇ ਮਾਰ ਦਵਾਈਆਂ ਜਾਂ ਉਹਦੀ ਲੋਵਾਈ ਆ ਝੋਨੇ ਦੀ ਫਸਲ ਦੀ ਭਗਵੰਤਪਾਨ ਬੜੇ ਆਰਾਮ ਨਾਲ ਕਹੀ ਜਾਂਦੇ ਨੇ ਖੜ ਖੜ ਕੇ ਦੋਨੋਂ ਜਾਣੇ ਝੁੱਠੋ ਝੂਠੀ ਚਲਾਈ ਜਾਂਦੇ ਨੇ ਝੂਠ ਸੁਣਿਆ ਸੀਗਾ ਸੀ ਝੂਠੇ ਲਾਰੇ ਵੀ ਸੁਣੇ ਸੀਗੇ ਭ੍ਰਿਸ਼ਟਾਚਾਰ ਵੀ ਸੁਣਿਆ ਸੀਗਾ ਲੇਕਿਨ ਇਸ ਪੇਬਾਨੇ ਦੇ ਉੱਤੇ ਤੁਸੀਂ ਝੂਠ ਬੋਲਣ ਦੇ ਉੱਤੇ ਹੋ ਕਿ ਲੋਕਾਂ ਨੂੰ ਮਤਲਬ ਪੰਜਾਬੀ ਚ ਕਹਿੰਨੇ ਆ ਪੰਜਾਬੀ ਚ ਮੈਂ ਹੁਣ ਸ਼ਬਦ ਵਰਤਣ ਲੱਗਾ ਚੰਗਾ ਲੱਗਾ ਤੁਸੀਂ ਪੰਜਾਬ ਦੇ ਲੋਕਾਂ ਨੂੰ ਫੁੱਦੂ ਸਮਝਦੇ ਹੋ ਯਾਰ ਬਿਲਕੁਲ ਫੁੱਦੂ ਹੀ ਸਮਝਦੇ ਮੈਨੂੰ ਕੱਖ ਵੀ ਨਹੀਂ ਪਤਾ ਮੈਂ ਸੰਗਰੂਰ ਬੋਲ ਕੇ ਐਮਪੀ ਬਣ ਗਿਆ ਮੁੱਖ ਮੰਤਰੀ ਬਣ ਗਿਆ ਤਾਂ ਹੁਣ ਜੋ ਮੈਂ ਕਹੀ ਜਾਊਂਗਾ ਪੰਜਾਬ ਦੇ ਲੋਕ ਸਾਡੀ ਗੱਲ ਨੂੰ ਸਾਰੀ ਨੂੰ ਸਵੀਕਾਰ ਕਰੇ ਜਾਣਗੇ ਇਸ ਲਈ ਪੰਜਾਬ ਦੇ ਸਤਕਾਰਯੋਗ ਵੀਰਾਂ ਪੈਣਾ ਬਜ਼ੁਰਗਾਂ ਨੂੰ ਅਤੇ ਵਿਸ਼ਪ ਚ ਬੈਠੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਕਟੋ-ਕਟ ਅੰਦਾਜ਼ਾ ਲਾਓ ਕਿ ਸਾਡੀ ਇਸ ਵਕਤ ਕੀ ਪੋਜੀਸ਼ਨ ਆ ਮੈਂ ਫਿਰ ਕਹਿਣਾ ਚਾਹੁੰਦਾ ਅਸੀਂ ਪੰਜਾਬ ਦੇ ਹਮਦਰਦ ਆ ਤੁਸੀਂ ਵੀ ਸਾਰੇ ਹਮਦਰਦੋਂ ਹਤੈਸ਼ੀਓ ਆਪਾਂ ਲੜਦੇ ਆ ਧਰਨੇ ਮਾਰਦੇ ਆ ਐਮਐਸਪੀ ਮੰਗਦੇ ਸਵਾ ਸਾਲ ਬੈਠੇ ਨੇ ਦਿੱਲੀ ਦੇ ਵਿੱਚ ਅਸੀਂ ਕੋਈ ਇਹਦੇ ਖਿਲਾਫ ਨਹੀਂਗੇ ਪਰ ਸਾਡਾ ਜਿਹੜਾ ਮੁੱਖ ਮੰਤਰੀ ਆ ਕੀ ਉਹ ਇੱਕ ਮਜ਼ਾਕ ਦਾ ਪਾਤਰ ਬਣ ਜਾਏਗਾ ਦੁਨੀਆ ਦੇ ਵਿੱਚ ਇੱਕ ਹਾਸੇ ਦਾ ਇੱਕ ਬਣ ਜਾਏਗਾ ਕਿਰਦਾਰ ਜਿਹੜਾ ਵੀ ਉੱਠੇਗਾ ਉਹ ਭਗਵੰਤ ਮਾਨ ਤੇ ਹਾਸੇਗਾ ਹੱਸੇਗਾ ਮਜ਼ਾਕ ਕਢਾਵੇਗਾ ਕਿ ਤੂੰ ਆਹ ਕਿਹੋ ਜਿਹਾ ਬਕਵਾਸ ਮਾਰ ਰਿਹਾ ਟੀਵੀਆਂ ਦੇ ਉੱਤੇ ਆਣ ਕੇ ਔਰ ਮੈਨੂੰ ਮੀਡੀਆ ਤੇ ਬੜਾ ਅਫਸੋਸ ਹੈ ਕਿ ਤੁਸੀਂ ਇਹ ਪੁੱਛਦੇ ਹੀ ਨਹੀਂ ਇਸ ਨੂੰ ਕਿਤੇ ਖੜ ਕੇ ਪੁੱਛੋ ਤਾਂ ਸਹੀ ਕਿ ਕਟਾਰੂ ਚੱਕ ਦਾ ਕੀ ਕੀਤਾ ਸਰਬਜੀਤ ਕੌਰ ਮਾਨੂਕੇ ਦਾ ਕੀ ਕੀਤਾ ਜਿਹਨੇ ਸ਼ਰੀਆਮ ਕਬਜ਼ਾ ਕੀਤਾ ਤੇਰੇ ਐਮ.ਐਲ.ਏ ਰੋਜ਼ ਚਪੇੜਾਂ ਮਾਰਦੇ ਨੇ ਪੱਤਰਕਾਰਾਂ ਨੂੰ ਪੁਲਿਸ ਵਾਲੇ ਨੂੰ ਧੀਂਦੀਆਂ ਭੈਣੀਆਂ ਪੈਣਦੀਆਂ ਗਾਲਾਂ ਕੱਢਦੇ ਨੇ ਰੋਜ਼ ਲੁੱਟ ਲਟਾਈਆ ਚੱਲ ਰਿਹਾ ਵਾ ਚਿੱਟੇ ਨਾਲ ਤੇਰੀ ਰੈਲੀ ਦੇ ਵਿੱਚ ਆਣ ਕੇ ਟੀਕੇ ਲਾ ਕੇ ਚਿੱਟੇ ਦੇ ਤੇਰੀਆਂ ਬੱਸਾਂ 'ਚੋਂ ਉਤਰ ਰਹੇ ਸੀਗੇ ਕੋਈ ਪੁੱਛਣ ਵਾਲੇ ਹੀ ਨਹੀਂ ਯਾਰ ਕੋਈ ਇਹਨਾਂ ਨੂੰ ਕੋਈ ਗੱਲ ਗਾਂ ਸਵਾਲ ਹੀ ਨਹੀਂ ਕੁਝ ਕਰਦਾ ਔਰ ਜਿਹੜੀਆਂ ਜਿਹੜੇ ਇਲਜ਼ਾਮ ਕੇਜਰੀਵਾਲ ਮੋਦੀ ਤੇ ਲਾਉਂਦਾ ਕਿ ਜੀ ਇਸਨੇ ਮਹਾ ਗੋਦੀ ਮੀਡੀਆ ਬਣਾ ਲਿਆ ਤੇ ਤੂੰ ਕੇਜੀ ਮੀਡੀਆ ਨਹੀਂ ਬਣਾਇਆ ਉੱਥੇ ਕਹਿੰਦਾ ਏਜੰਸੀਆਂ ਨੇ ਜੀ ਅ ਸੀਬੀਆਈ ਤੇ ਈਡੀ ਨੇ ਸਾਰੇ ਦੇਸ਼ ਦੇ ਵਿਰੋਧੀਆਂ ਦੇ ਉੱਤੇ ਹਮਲੇ ਕੀਤੇ ਤੇ ਪੰਜਾਬ ਦੇ ਵਿੱਚ ਹਮਲੇ ਨਹੀਂ ਕੀਤੇ ਹੋਏ ਤੁਸੀਂ ਕੇਸ ਨੂੰ ਬਖਸ਼ਾ ਚਲੋ ਲੀਡਰਾਂ ਨੂੰ ਤਾਂ ਛੱਡੋ ਸਾਡੇ ਤੇ ਪਰਚੇ ਕੀਤੇ ਮੇਰੇ ਤੇ ਤਿੰਨ ਕੀਤੇ ਮੇਰੀ ਸਾਡੇ ਮੇਰੀ 72 ਸਾਲ ਦੀ ਭੈਣ ਨੂੰ ਵੀ ਨਹੀਂ ਛੱਡਿਆ 51 ਸਾਲ ਦਾ ਪੁਰਾਣਾ ਰੈਵਨਿਊ ਰਿਕਾਰਡ ਕਰਕੇ ਛੱਡੋ ਅਸੀਂ ਤਾਂ ਭੁਗਤ ਲਾਂਗੇ ਤੁਸੀਂ ਤਾਂ ਸਰਪੰਚ ਨਹੀਂ ਬਖਸ਼ੇ ਥੱਲੇ ਤੱਕ ਕਾਂਗਰਸ ਤੇ ਤੇ ਫਿਰ ਕਹਿੰਦੇ ਕਿ ਕਾਂਗਰਸ ਨਾਲ ਸਮਝੌਤਾ ਕਰਕੇ ਸਿਲੈਕਸ਼ਨ ਲੈਣ ਕੌਣ ਲੜੂਗਾ ਤੁਹਾਡੇ ਨਾਲ ਸਮਝੌਤਾ ਕਰਕੇ ਕਿਉਂ ਵੋਟਾਂ ਪਾਉਣਗੇ ਸਾਡੇ ਕੇਡਰ ਵਾਲੇ ਤੁਹਾਡੇ ਬੋਕਰ ਦੇ ਇਸ ਨਿਸ਼ਾਨਦੇ ਉੱਤੇ ਇਸ ਕਰਕੇ ਮੈਂ ਸਾਰੇ ਪੰਜਾਬ ਦੇ ਆਬਾਦ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹਨਾਂ ਦੀ ਅਸਲੀਅਤ ਪਹਿਚਾਨੋ ਔਰ ਆਪਣੀ ਸਟੇਟ ਨੂੰ ਬਚਾਉਣ ਦਾ ਕੋਸ਼ਿਸ਼ ਕਰੀਏ 20000 ਕਰੋੜ ਰੁਪਇਆ ਤਾਂ ਕੱਲਾ ਤੁਹਾਡਾ ਬਿਜਲੀ ਦਾ ਬਿੱਲ ਸਬਸਿਡੀ ਦਾ ਜਿਹੜਾ ਅਸੀਂ ਪੰਜਾਬ ਦੇ ਬਿਜਲੀ ਬੋਰਡ ਨੂੰ ਪੀਐਸਪੀਸੀਲ ਨੂੰ ਸਰਕਾਰ ਦੇਣ ਦਾ ਆਰਿਆ 20000 ਕਰੋੜ ਰੁਪਇਆ ਸਾਲ ਦਾ ਇੱਕ ਸਾਲ ਦਾ ਤੇ ਜੇ ਨਾ ਇਹ ਦੇਣਾ ਹੁੰਦਾ ਕੱਲੇ ਬਿਜਲੀ ਬੋਰਡ ਨੂੰ 13000 ਪਿੰਡਿਆ ਪੰਜਾਬ ਦਾ ਡੇਡਡ ਕਰੋੜ ਰੁਪਇਆ ਵਿਕਾਸ ਲਈ ਆ ਸਕਦਾ ਸੀ ਆ ਐਕਚੁਅਲ ਸਚਾਈ ਆ ਪੰਜਾਬ ਦੀ ਤੋਂ ਮੈਂ ਉਮੀਦ ਕਰਦਾ ਕਿ ਜਿਹੜਾ ਇਹਨੇ ਗੱਪਾਂ ਠੋਕੀਆਂ ਨੇ ਝੂਠ ਬੋਲਿਆ ਵਾ ਉਹ ਤੁਹਾਨੂੰ ਮੈਂ ਸਾਰਾ ਬੈਠ ਕੇ ਰਿਸਰਚ ਕਰਕੇ ਇਸ ਸਮਾਂ ਨਹੀਂ ਸੀ ਮੇਰੇ ਲਾਈਵ ਕਰਨ ਦਾ ਮੈਂ ਵੀ ਟਰੈਵਲ ਕੀਤਾ ਸਾਰਾ ਦਿਨ ਮੈਂ ਥੱਕਿਆ ਹੋਇਆ ਸੀਗਾ ਪਰ ਮੈਂ ਸੋਚਿਆ ਕਿ ਉਹ ਕੀ ਕਹਿੰਦੇ ਹੁੰਦੇ ਕਿ ਜੇ ਐਡਾ ਰੋਜ਼ ਝੂਠ ਬੋਲ ਬੋਲ ਕੇ ਹੀਲ ਗੈਟ ਅਵੇ ਫਰਮ ਦ ਪਬਲਿਕ ਯ ਆਪਣੀ ਸਟੇਟ ਤੇ ਏ ਮੜਾਸਪੈਂਦਾ ਤੇ ਦੁਨੀਆ ਬਾਕੀ ਸਾਰੇ ਦੇਸ਼ ਦੇ ਜਿਹੜੇ ਇੰਟੈਲੈਕਚੁਅਲਸ ਨੇ মিডিਆ ਉਹ ਦੇਖਦੇ ਹੋਣਗੇ ਕਿ ਕਿਦਾਂ ਦਾ ਭੰਡ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਚੁਣ ਲਿਆ ਜਿਹੜਾ ਕੇਜਰੀਵਾਲ ਦੀ ਹਾਜ਼ਰੀ ਵਿੱਚ ਚਾਈਨਾ ਦੇ ਨਾਲ ਪੰਜਾਬ ਦੀ ਤੁਲਨਾ ਕਰ ਪਿਆ ਹੈਗਾ ਬਸ ਇਹੀ ਅੱਜ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨ ਸੀ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ